कौन आया ਜਦੋਂ ਬੋਲਦਾ ਹਜ਼ੂਰ
ਇੱਕ ਐਸਾ ਜੁਮਲਾ ਕਹਿਣ ਲੱਗਾ ਮੈਂ ਕਿਸੇ ਬੰਦੇ ਨੂੰ ਕਹਿਣਾ ਕਿ ਬੰਦਾ ਕੋਈ ਹੱਥ ਕੱਢ ਕੇ ਉੱਚਾ ਕਰੇ ਬਸ ਬੰਦਾ ਹੱਥ ਕੱਢੇਗਾ ਮੈਂ ਥੋੜਾ ਥੋੜਾ ਗਰਮ ਕਰਨਾ ਚਾਹ ਰਿਹਾ ਮਹਿਫਲ ਦਾ ਕਿ ਮੇਰੇ ਤੋਂ ਬਾਅਦ ਤੱਕ ਹੋਰ ਬਣਿਆ ਰਹੇ ਮੈਂ ਉਸ ਬੰਦੇ ਨਾਲ ਮੁਖਾਤਬ ਆ ਜਿਹੜਾ ਕਹੇ ਸ਼ਾਹੀ ਜੁਮਲਾ ਵਾਕਈ ਇਸ ਕਾਬਲ ਕਿ ਹੱਥ ਚੁੱਕ ਕੇ ਜਵਾਬ ਦਿੱਤਾ ਜਾਏ ਜੁਮਲਾ ਸੁਣਨਾ ਬਸ ਮੈਂ ਕਿਸੇ ਨੂੰ ਨਹੀਂ ਕਹਿਣਾ ਕਿ ਯਾਰ ਜਿਹੜਾ ਬੰਦਾ ਆਸ਼ਕ ਰਸੂਲ ਹੈ ਆਸ਼ਕ ਨਹੀਂ ਤੇ ਆਏ ਬੈਠੇ ਲੇਕਿਨ ਹਰ ਇੱਕ ਦਾ ਆਪਣਾ ਆਪਣਾ ਅੰਦਾਜ਼ ਹੁੰਦਾ ਹੈ ਹੱਥ ਚੁਕਾਈ ਕਿਤੇ ਥੋੜ੍ਹਾ ਜਿਹਾ ਮਹਿਫਲ ਦੇ ਗਰਮ ਜੋਸ਼ੀ ਜੀ ਬਣ ਜਾਏ ਤਾਂ ਕਿ ਸਰਦੀ ਦੂਰ ਹੋ ਜਾਏ ਕੋਈ ਨਾਰਾਇਣ ਦੀ ਸਾਲ ਬਸ ਹੱਥ ਚੁੱਕ ਕੇ ਬੰਦਾ ਜਵਾਬ ਦੇਗਾ ਜਿਹਨੂੰ ਚੰਗਾ ਲੱਗਾ ਕੀ ਸਭ ਜਸ਼ਨ ਮਨਾ ਯਾਰ ਕਿਉਂਕਿ ਮਿਲਾਦੇ ਮੁਸਤਫਾ ਕੀ ਮਹਿਫਲ ਹੈ ਜੁਮਲਾ ਕਿਆ ਹੈ ਕਿ ਸਭ ਜਸ਼ਨ ਮਨਾ ਯਾਰ ਸੋਨਾ ਕਮਲੀ ਵਾਲਾ ਗਿਆ ਜਸ਼ਨ ਮਨਾ ਯਾਰ ਸੋਨਾ ਕਮਲੀ ਵਾਲਾ ਗਿਆ ਜਸ਼ਨ ਮਨਾ ਜਸ਼ਨ ਮਨਾਓ ਯਾਰ ਸੋਨਾ ਕਮਲੀ ਵਾਲਾ ਗਿਆ ਬੋਲੋ ਜਸ਼ਨ ਮਨਾਓ ਯਾਰ ਸੋਨਾ ਕਮਲੀ ਵਾਲਾ ਗਿਆ ਸੋਹਣੇ ਨਬੀ ਦੇ ਨਾਮ ਤੇ ਕਿਉਂ ਨਾ ਸਦਕੇ ਸਦਕੇ ਜਾਵਾ ਗੱਜ ਕੇ ਆਖਣਾ ਸੁਭਾਨ ਅੱਲਾ ਮੇਰੇ ਸਪਰੇ ਵਾਲੇ ਭਾਈ ਤਵੱਜੋ ਮੇਰੇ ਵੱਲ ਕਰਨੀ ਮੈਂ ਬੜੀ ਮੁਸ਼ਕਲ ਨਾਲ ਗਰਮ ਪਿਆ ਕਰਨਾ ਤੂੰ ਠੰਡਾ ਪਿਆ ਕਰਨਾ ਤਵੱਜੋ ਕਰਿਆ ਜੇ ਕਿ ਸੋਹਣੇ ਨਬੀ ਦੇ ਨਾਮ ਤੇ ਕਿਉਂ ਨਾ ਸਦਕੇ ਸਦਕੇ ਜਾਵਾਂ ਹਾਂ ਹਾਂ ਸੋਹਣੇ ਨਬੀ ਦੇ ਨਾਮ ਤੇ ਕਿਉਂ ਨਾ ਸਦਕੇ ਸਦਕੇ ਜਾਵਾਂ ਜਿਸ ਦਾ ਖਾਵਾਂ ਉਸ ਦੇ ਨਾਂ ਦੇ ਜਿਸ ਦਾ ਖਾਵਾਂ ਉਸ ਦੇ ਨਾਂ ਦੇ ਮੈਂ ਕਿਉਂ ਨਾ ਗੁਣ ਗਾਵਾਂ ਜਸ਼ਨ ਮਨਾਓ ਯਾਰ ਸੋਹਣਾ ਕਮਲੀ ਵਾਲਾ ਗਿਆ ਜਸ਼ਨ ਮਨਾਓ ਯਾਰ ਸੋਹਣਾ ਕਮਲੀ ਵਾਲਾ ਗਿਆ ਸੁਲਫ ਦੇਖੀ ਕਿ ਕੁੰਡਲ ਵਿੱਚੋਂ ਨੂਰ ਦਮੀ ਪਿਆ ਬਰਸੇ ਜ਼ੁਲਫ ਦੇਖ ਇੱਕ ਕੁੰਡਲ ਵਿੱਚੋਂ ਨੂਰ ਦਮੀ ਪਿਆ ਬਰਸੇ ਮੈਂ ਆਪਣੇ ਆਕਾ ਦੀਆਂ ਸਿਰ ਤੋਂ ਸੁਣਾਵਾਂ ਲਿਖੀਆਂ ਨੇ ਮੈਨੂੰ ਲਿਖਣ ਦਾ ਵੀ ਕਦੇ ਕਦੇ ਸ਼ੌਕ ਹੁੰਦਾ ਹੈ ਬੰਦਾ ਆਪ ਨਹੀਂ ਲਿਖਦਾ ਲਿਖਵਾਇਆ ਜਾਂਦਾ ਹੈ ਸੁਣਨਾ ਕੀ ਲਿਖਿਆ ਹੈ ਕਿ ਜ਼ੁਲਫ ਦਾ ਇੱਕ ਇੱਕ ਕੁੰਡਲ ਵਿੱਚੋਂ ਕੁੰਡਲ ਵਿੱਚੋਂ ਸੁਭਾਨ ਅੱਲਾ ਸੁਭਾਨ ਅੱਲਾ ਕੁੰਡਲ ਵਿੱਚੋਂ ਕੁੰਡਲ ਵਿੱਚੋਂ ਕੁੰਡਲ ਵਿੱਚੋਂ ਕੁੰਡਲ ਵਿੱਚੋਂ ਕੁੰਡਲ ਵਿੱਚੋਂ ਸੁਭਾਨ ਅੱਲਾ ਕੁੰਡਲ ਵਿੱਚੋਂ ਕੁੰਡਲ ਵਿੱਚੋਂ ਕੁੰਡਲ ਵਿੱਚੋਂ ਕੁੰਡਲ ਵਿੱਚੋਂ ਕੁੰਡਲ ਵਿੱਚੋਂ ਕੁੰਡਲ ਵਿੱਚੋਂ ਕੁੰਡਲ ਜ਼ੁਲਫ ਦੇ ਇੱਕ ਕੁੰਡਲ ਵਿੱਚੋਂ ਨੂਰ ਦਮੀ ਪਿਆ ਬਰਸੇ ਉਹ ਜਿਸ ਦੇ ਚੋਲੇ ਚੁੰਮਣ ਦੀ ਖਾਤਿਰ ਜਿਸ ਦੇ ਚੋਲੇ ਚੁੰਮਣ ਦੀ ਖਾਤਿਰ ਅਰਸ਼ੀ ਜਸ਼ਨ ਮਨਾਓ ਯਾਰ ਸੋਨਾ ਕਮਲੀ ਵਾਲਾ ਗਿਆ ਜਸ਼ਨ ਮਨਾਓ ਯਾਰ ਸੋਨਾ ਕਮਲੀ ਵਾਲਾ ਗਿਆ ਜਸ਼ਨ ਮਨਾਓ ਯਾਰ ਸੋਨਾ ਕਮਲੀ ਵਾਲਾ ਗਿਆ ਜਸ਼ਨ ਮਨਾਓ ਯਾਰ ਸੋਨਾ ਕਮਲੀ ਬੰਦਾ ਸਿਰਫ ਉਹ ਬੋਲੇ ਜਿਹੜਾ ਕਹੇ ਸ਼ਾਹ ਜੀ ਨੇ ਕਸਮ ਚੁੱਕੀ ਹੈ ਫਿਆਜ਼ ਭਾਈ ਸੱਚੀ ਕਿਉਂ ਬੰਦਾ ਕਸਮ ਉਸ ਵੇਲੇ ਚੁੱਕਦਾ ਹੈ ਜਦੋਂ ਉਹਨੂੰ ਯਕੀਨ ਹੋਵੇ ਕਿ ਸੱਚਾ ਹੈ ਤੇ 563 ਦੇ ਰਹਿਣਾ ਲਿਓ ਮੈਨੂੰ ਅੱਲਾ ਦੀ ਕਸਮ ਹੈ ਕਿ ਬਿਗੜੀ ਬਣਦੀ ਗੱਲ ਸੁਭਾਨ ਅੱਲਾ ਸੁਭਾਨ ਅੱਲਾ ਸਭ ਸੁਭਾਨ ਅੱਲਾ ਛੋਟੀ ਹੈ ਪਰ ਤੁਹਾਡੀ ਬਣੇ ਨਾ ਬਣੇ ਸਾਡੀ ਬਣਦੀ ਹੈ ਜਿਹਦੀ ਬਣਦੀ ਉਹ ਜਵਾਬ ਦੇਗਾ ਕੀ ਬਿਗੜੀ ਬਣਦੀ ਗੱਲ ਮਦੀਨੇ ਵਿਗੜੀ 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 ਬਣਦੀ ਬਾਤ ਬਿਗੜੀ ਉਸ
उसी तर से बनी देखी है, बात बिगड़ी उसी तर से बनी देखी है, झोली मंगतों की उसी तर से बनी देखी है, मेरी नजरों में नियाजी कोई कचता ही नहीं, जब से सरकार मदीना की गली देखी है, बिगड़ी बन दी कल मदीने, बिगड़ी बन दी कल मदीने, जेदी बन दी है, अच्छा जेदी बन दी है वो हाथ खड़ा करे हैं एक बारी जरा, इधर लगता सारे नहीं बनती, बड़ा आओ ना मैं हाथ चौक के आंख ना की कि बिगड़ी बन दी कल मदीने, 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 कल मदीने बिगड़ी बन दी, कल मदीने बिगड़ी बन दी, कल मदीने बिगड़ी, जवाब तो देना बिगड़ी बनती जी बनती जवाब देगा बिगड़ी बनती, क्योंकि अगला जुमला इस तो वड्डा है बिगड़ी बनती मसले अल्लाह की कसम है कि जन्नत मंगनी भुल जावेगा, जिनी तुसा छोटी सुभान अल्लाह आखी है आ वेखो मैं पल्ले अड के थोड़े वास्ते दुआ करना, जिना सुभान अल्लाह नहीं आखी अल्लाह इसे साल मदीने लै जाए, जिस वेले मदीने गया आ वेखो जे गलियां च ना कहंदा फिरिया के जन्नत मंगनी भुल जावेगा, 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 जन्नत मंगनी, जन्नत मंगनी, जन्नत मंगनी भुल जाएगा कदों, के एक वारी तू चल मदीने, 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 जिहड़े मदीना जाना चाहते ने मैं एक दुआ करनी हाथ चुक एक बार कह देना आमीन ते इंशाअल्लाह, मैं तुहाडे वास्ते दुआ करनी की इंशाअल्लाह सारे जांगे, जवाब बस ओ देगा जिहड़ा जाना चाहता है इंशाअल्लाह सारे जांगे, 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 इंशाअल्लाह इंशाअल्लाह, बोलो इंशाअल्लाह कदों, के आज नहीं मदीने दो तरह के लोग जाते हैं, शायद भाई थोड़ा मोबाइल को खाना टाइम देख लवा ताकि मेरा टाइम ओवर ना हो, दोस्त कह लगा कि शाह जी ने माइक टाइम ज्यादा लिया है, मैं ये चीज समेटना है, मदीने दो तरह के लोग जाते हैं, मेरे को मिनट रह गए ने अठ, दो तरह के लोग मदीने जाते हैं, एक वो जाता है जरा सरकार के कोल जाता है,
ਇੱਕ ਉਹ ਜਿਹੜਾ ਬਾਹਰੋਂ ਬਾਹਰ ਰਹਿੰਦਾ ਹੈ ਯਾਨੀ ਥੋੜ੍ਹਾ ਜਿਹਾ ਤਰਮੋਰ ਸੌਖਾ ਕਰਦੇ ਹਾਂ ਚਲੋ ਕਾਰ ਭਾਈ ਇੱਕ ਬੰਦਾ ਹੋਏ ਜਿਹੜਾ ਕਹਿੰਦਾ ਜਿੰਨੀ ਦੇਰ ਤੱਕ ਸਰਕਾਰ ਦੇ ਕੋਲ ਨਾ ਜਾਈਏ ਨਾ ਸਾਡਾ ਹੱਜ ਕਬੂਲ ਹੁੰਦਾ ਨਾ ਸਾਡਾ ਉਮਰਾ ਕਬੂਲ ਹੁੰਦਾ ਦੂਸਰਾ ਬੰਦਾ ਉਹ ਜਿਹੜਾ ਕਹਿੰਦਾ ਜਾਈਏ ਨਾ ਜਾਈਏ ਹੋ ਜਾਂਦਾ ਹੈ ਹੁਣ ਮੈਂ ਆਪਣੇ ਸੌਖ ਵਾਸਤੇ ਇਹਦੀ ਵੰਡ ਆਲਾ ਹਜ਼ਰਤ ਨੇ ਕੱਢੀ ਹੈ ਹਾਂਜੀ ਗਿਲਾਨੀ ਬਾਦਸ਼ਾਹ ਤਸ਼ਰੀਫ ਫਰਮਾ ਨੇ ਫਿਆਜ਼ ਭਾਈ ਜੋ ਕਿ ਪੁਰਾਣਾ ਸਾਧ ਹੈ ਇਹ ਮੈਂ ਤੁਹਾਡੇ ਦੋਨਾਂ ਦੀ ਨਜ਼ਰ ਕਰਨਾ ਹੈ ਕਿਉਂਕਿ ਉਹਨਾਂ ਮੈਨੂੰ ਸੁਣਨਾ ਹੈ ਅੱਜ ਉਹਨੇ ਹੁਣ ਫੈਸਲਾ ਕਰਨਾ ਕਿ ਸ਼ਾਹ ਜੀ ਹੁਣ ਪੱਕੇ ਸੁਣੀ ਹੋ ਜਾਣਾ ਇਨਸ਼ਾਅੱਲਾ ਇਹਨਾਂ ਨੇ ਆਲਾ ਹਜ਼ਰਤ ਨੇ ਵੰਡ ਕੱਢੀ ਆਲਾ ਹਜ਼ਰਤ ਨੇ ਇਹਦੀ ਵੰਡ ਕੱਢੀ ਕਿ ਜਿਹੜੇ ਜਾਂਦੇ ਨੇ ਉਹਨਾਂ ਦੇ ਮੁਤਲਕ ਜਿਹੜੇ ਨਹੀਂ ਜਾਂਦੇ ਉਹਨਾਂ ਦੇ ਮੁਤਲਕ ਕਿਉਂਕਿ ਆਲਾ ਹਜ਼ਰਤ ਦਾ ਕਲਾਮ ਪੜ੍ਹਨਾ ਚਾਹੀਦਾ ਤਬਰਕ ਦੇ ਤੌਰ ਤੇ ਜਿਹੜਾ ਸੁਣਨਾ ਚਾਹੁੰਦੇ ਨੇ ਕੋਈ ਮੁਹੱਬਤ ਨਾ ਕਹੋ ਸੁਭਾਨ ਅੱਲਾਹ کے خار پھرتے ہیں پھول کیا دیکھوں میری آنکھوں میں دشت تیبہ کے خار پھرتے ہیں ہر چراغ مدار پر قدسی کیسے پروانہ وار پھرتے ہیں کیسے پروانہ وار پھرتے ہیں اس گلی کا میں اپنے عقیدے کی گل کرنی ہوں نہیں میں لحاظ کرنا کسی کا ہاتھ چکے نہ چکے جہاں ہاتھ نہیں چکتا تو چک کے ویکنے نے کیوں نہیں چکیا ساڈا عقیدہ کہ ساڈا نبی نور ہے جا عقیدہ ہے یہ کوئی ہاتھ چکے گئے گا ساڈا نبی ساڈا نبی اچھا تھوڑے 563 کا میرے ذوالفقار بھائی پتا سارے ننکانے رواج بندہ منتا نہ ہو 12 ربیع الاول کی رات باہ فڑی دی کہ آدھا تین شہر فرا کے لے کے جہاں گھر لائٹاں نور اور نور ہویا ہوے اسی کہدا ہے انہاں دا گھر ہے جڑے نور منتے نے جہی مسجد سب تو بہت ہی سجی ہوئے لائٹاں لگی نور نور ہوئے اسی کہنے ہیں انہاں دی مسجد جڑے کہندے ساڈا نبی بولو تو صحیح ساڈا نبی اپنی گل دی دلیل ہوں پیر وارث شاہ پڑھ کے دلیل نہیں دینی میں بلے شاہ پڑھ کے نہیں ہوں میرا دل کرتا تھوڑے کو سنبھالنا کوانی ہے میں قرآن چو ثابت کرنا میں سچا قرآن سن کے آخو گے سبحان اللہ من الكتاب ويعفو عن
شاعر بھی ہیں پیر بھی ہیں سید بھی ہیں اپنی گڈی دا ڈرائیور بھی ہیں سبحان اللہ اللہ نے ساری پارٹیاں دتیاں تے قران کہندا کہ ساڈا نبی بس ان نعرے لگانے تے میری حاضری مکمل ساڈا نبی ہاتھ چوک کے جواب دینا ساڈا نبی ہاں ہاتھ چوک کے جواب رکھی پاک ساڈا نبی